ਸਰਕਾਰਾਂ ਦੀ ਚਿੰਤਾ ਵੀ ਬੰਦਾ ਨਸ਼ਾ ਕਰਨ ਲੱਗ ਗਿਆ ਜਿੰਨਾ ਕਰਾਉਣਾ ਸੀ ਕਰਾਤਾ ਅੱਧੀ ਆਬਾਦੀ ਬੀਬੀਆਂ ਦੀ ਹੈ ਤੇ ਫਿਰ ਇਹ ਕਿਵੇਂ ਬਚ ਜਾਣ ਫਿਰ ਬੀਬੀਆਂ ਦੇ ਵਿੱਚ ਨਸ਼ਾ ਪ੍ਰਚਾਰੋ ਕਲੱਬਾਂ ਦੇ ਰਾਹੀਂ ਪੱਬਾਂ ਦੇ ਰਾਹੀਂ ਵੀ ਨਸ਼ੇ ਖਾਣ ਨੂੰ ਕਹੋ ਇਹ ਤਾਂ ਜੀ ਬੜੀ ਬੋਲਡ ਹੋ ਗਈ ਅਸੀਂ ਜੀ ਇੰਨੀ ਭੁੱਕੀ ਫੜ ਲਈ ਉਹ ਆਪਦੇ ਕਰਤੂਤਾਂ ਤੇ ਪਰਦਾ ਪਾਉਣ ਲਈ ਕਰਦੇ ਹੁੰਦੇ ਆ ਜਿੰਨੀ ਬਦਮਾਸ਼ੀ ਹੈ ਪੁਲਿਸ ਦੀ ਪ੍ਰੋਟੈਕਸ਼ਨ ਥੱਲੇ ਪੜਦੀ ਆ ਔਰ ਜਦੋਂ ਕੋਈ ਬੰਦਾ ਨਸ਼ੇ ਫੜਾਉਣ ਦੀ ਗੱਲ ਕਰਦਾ ਉਹਨੂੰ ਸੱਟਾਂ ਵੀ ਇਹੀ ਮਰਵਾਉਂਦੇ ਨੇ ਸੱਟਾਂ ਮਰਵਾ ਕੇ ਖੁਦ ਕਹਿੰਦੇ ਆ ਵੀ ਲੱਤਾਂ ਤੋੜ ਦੇ ਕੋਈ ਗੱਲ ਨਹੀਂ ਉਹ ਅਸੀਂ ਸੱਭਿਆਚਾਰ ਕਹਿੰਦੇ ਆ ਖੋਤੀ ਤੌਰ ਤੇ ਸੱਭਿਆਚਾਰ ਜਿਹੜਾ ਕਿ ਹੈ ਨੀਗਾ ਗੀਤ ਇਹੋ ਜਿਹੇ ਪਰੋਸੇ ਜਾਂਦੇ ਨੇ ਜਿਨ੍ਹਾਂ 'ਚ ਸ਼ਰੇਆਮ ਨਸ਼ਾ ਪਰੋਸਿਆ ਜਾਂਦਾ ਨਸ਼ਾ ਦਿਖਾਇਆ ਜਾਂਦਾ ਟੀਵੀ ਤੇ ਸਾਰਾ ਦਿਨ ਐਡਵਰਟਾਈਜ਼ਮੈਂਟ ਕਿੱਥੇ ਆਊ ਜਦੋਂ ਕੋਈ ਚੀਜ਼ ਦਿਖਾਉਣੀ ਹੈ ਭੋਗ ਦੀ ਤੇ ਲੜਕੀ ਨੂੰ ਲੰਡੇ ਕੱਪੜੇ ਪਾ ਕੇ ਖੜਾਓ ਸ਼ਰਾਬ ਹੁੰਦੀ ਹੈ ਉਹ ਧੀਆਂ ਭੈਣਾਂ ਪਰੋਸ ਰਹੀਆਂ ਪੈਲਸਾਂ ਦੇ ਵਿੱਚ ਇਹ ਵੀ ਇੱਕ ਨਵਾਂ ਹੀ ਦੌਰ ਆ ਗਿਆ ਇਹਨੂੰ ਹੁਣ ਆਪਾਂ ਕੀ ਕਹੀਏ ਹੋਰ ਬੇਟਾ ਮੈਂ ਐਕਸਾਈਜ਼ ਤੇ ਟੈਕਸ ਮਹਿਕਮੇ ਦਾ ਅਫਸਰ ਰਿਟਾਇਰ ਹਾਂ ਕੋਈ ਵੀ ਲੜਕੀ ਨਾ ਸ਼ਰਾਬ ਵੇਚ ਸਕਦੀ ਹੈ ਨਾ ਪਰੋਸ ਸਕਦੀ ਹੈ ਪਾਕਿਸਤਾਨ ਤੋਂ ਵੱਡੇ ਕੱਦ ਵਾਲੀਆਂ ਕੁੜੀਆਂ ਫਿਰ ਉਹਨਾਂ ਦੇ ਲੰਡੇ ਕੱਪੜੇ ਪਾਓ ਫਿਰ ਉਹ ਤੁਹਾਡੇ ਕੋਲ ਥਾਲ 'ਚ ਧਰ ਕੇ ਪੈਗ 'ਚ ਪਾ ਕੇ ਗਲਾਸ 'ਚ ਪਾ ਕੇ ਸ਼ਰਾਬ ਵੀ ਸਰ ਹੈਵ ਇਟ ਸਰ ਇੰਜੋਏ ਇਟ ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ ਇਸ ਸਮੇਂ ਸੰਗਰੂਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਵਿੱਚ ਵੱਡਾ ਇਕੱਠ ਨਸ਼ਿਆਂ ਦੇ ਖਿਲਾਫ ਹੋਇਆ ਤੇ ਇਹ ਇਕੱਠ ਕਰਨ ਵਾਲੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਮੌਜੂਦ ਨੇ ਜਿਹੜੇ ਆਗੂਆਂ ਦੇ ਵਿੱਚ ਸ਼ੁਮਾਰ ਨੇ ਬਾਪੂ ਬਲਕੌਰ ਸਿੰਘ ਹੁਣੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਬਾਪੂ ਜੀ ਨਸ਼ਿਆਂ ਦੀ ਗੱਲ ਤਾਂ ਚੱਲ ਰਹੀ ਹੈ ਸਰਕਾਰ ਵੀ ਕਹਿੰਦੀ ਹੈ ਹਰੇਕ ਹਫ਼ਤੇ ਰਿਪੋਰਟ ਲਿਆ ਕੇ ਵੀ ਇੰਨੇ ਕਿਲੋ ਆਹ ਫੜ ਲਿਆ ਇੰਨੇ ਕਿਲੋ ਆਹ ਫੜ ਲਿਆ ਪਰ ਜਦੋਂ ਕੋਈ ਪਿੰਡ 'ਚੋਂ ਬੰਦਾ ਉੱਠ ਕੇ ਨਸ਼ੇ ਦੇ ਖਿਲਾਫ਼ ਗੱਲ ਕਰਦਾ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਮੰਜੇ 'ਤੇ ਪਾ ਦਿੱਤਾ ਜਾਂਦਾ ਸ਼ਰੇਆਮ ਪਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਨਾ ਹੀ ਨਸ਼ਾ ਰੁਕਦਾ ਦੀਦਾ ਨਸ਼ਾ ਜਿਹੜਾ ਕਰਦਾ ਗ੍ਰਾਮ ਵਾਲਾ 2 ਗ੍ਰਾਮ ਵਾਲਾ ਉਹਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿੰਦੇ ਨੇ ਜਿਹੜੇ ਵੱਡੇ ਮਗਰਮੱਛ ਨੇ ਉਹ ਦੌੜੇ ਭੱਜੇ ਫਿਰਦੇ ਨੇ ਕੀ ਕਹੋਗੇ ਦੇਖੋ ਬੇਟਾ ਜਦੋਂ ਸਰਕਾਰਾਂ ਅਤੇ ਪੁਲਿਸ ਵਾਲੇ ਤੁਹਾਨੂੰ ਇਹ ਪੇਸ਼ ਕਰਨ ਦੇਖੋ ਜੀ ਅਸੀਂ ਕੱਲ੍ਹ 50 ਗ੍ਰਾਮ ਫੀਮ ਫੜ ਲਈ ਅਸੀਂ ਜੀ ਇੰਨੀ ਭੁੱਕੀ ਫੜ ਲਈ ਉਹ ਆਪਦੇ ਕਰਤੂਤਾਂ 'ਤੇ ਪਰਦਾ ਪਾਉਣ ਲਈ ਕਰਦੇ ਹੁੰਦੇ ਆ ਉਹਨੂੰ ਸਾਰਾ ਪਤਾ ਨਹੀਂ ਵੀ ਕਿਹੜਾ ਬੰਦਾ ਕੀ ਵੇਚਦਾ ਉਹਨੂੰ ਆਪ ਹੀ ਸੱਦ ਲੈਂਦੇ ਵੀ ਤੂੰ ਆ ਜਾ ਯਾਰ ਤੇਰੇ 'ਤੇ ਭੁੱਕੀ ਪਾਉਣੀ ਆ ਤੇਰੇ 'ਤੇ ਫੀਮ ਪਾਉਣੀ ਹੈ ਤੇਰੇ 'ਤੇ ਚਰਸ ਪਾਉਣਾ ਗਾਂਜਾ ਪਾਉਣੀ ਹੈ ਭੰਗ ਪਾਉਣੀ ਪਾ ਕੋਈ ਆ ਜਾਂਦਾ ਆਪਣੇ ਤੇ ਇਹਨਾਂ ਦੇ ਨਾਲ ਪੱਕੀ ਸਹਿਮਤੀ ਉਹਨਾਂ ਦੀ ਚੰਗੀ ਮੈਂ ਪੁੱਤ ਐਕਸਾਈਜ਼ ਤੇ ਟੈਕਸ ਮਹਿਕਮੇ ਦਾ ਅਫਸਰ ਰਿਹਾ ਮੈਨੂੰ ਪਤਾ ਵੀ ਜਿੰਨੀ ਬਦਮਾਸ਼ੀ ਹੈ ਪੁਲਿਸ ਦੀ ਪ੍ਰੋਟੈਕਸ਼ਨ ਥੱਲੇ ਪੜਦੀ ਆ ਵੱਧਦੀ ਨਹੀਂ ਪੜਦੀ ਆ ਫਿਰ ਉਹਨੂੰ ਇਹ ਆਪਣੇ ਢੰਗ ਨਾਲ ਜਿੱਥੇ ਤੱਕ ਵਰਤਣਾ ਵਰਤ ਲੈਂਦੇ ਆ ਹਰ ਨਸ਼ੇ ਖੋਰ ਨਸ਼ੇਬਾਜ਼ ਬੰਦਾ ਇਹਨਾਂ ਦੀ ਇਹਨਾਂ ਦੇ ਰਜਿਸਟਰ 'ਚ ਦਰਜ ਹੈ ਰਡਾਰ 'ਤੇ ਆ ਬਸਤਾ ਬੇ ਦੇ ਵਿੱਚ ਦਰਜ ਕੀਤਾ ਹੁੰਦਾ ਉਹਦਾ ਨਾਂ ਉਹਦਾ ਨੰਬਰ ਉਹਦੀ ਸ਼ਕਲ ਉਹਦੇ ਅੰਗੂਠੇ ਉਹਦਾ DNA ਬੰਦਾ ਕਿਤੇ ਨਹੀਂ ਭੱਜ ਸਕਦਾ ਹਾਂਜੀ ਇਹਨੂੰ ਸਭ ਪਤਾ ਹੁੰਦਾ ਕੋਈ ਐਸੀ ਗੱਲ ਨਹੀਂ ਨਸ਼ਾ ਇਹੀ ਪਕਾਉਂਦੇ ਨੇ ਮੈਂ ਖੁਦ ਕਹਿੰਦਾ ਵੀ ਇਹ ਪਕਾਉਂਦੇ ਨੇ ਔਰ ਜਦੋਂ ਕੋਈ ਬੰਦਾ ਨਸ਼ੇ ਫੜਾਉਣ ਦੀ ਗੱਲ ਕਰਦਾ ਉਹਨੂੰ ਸੱਟਾਂ ਵੀ ਇਹੀ ਮਰਵਾਉਂਦੇ ਨੇ ਸੱਟਾਂ ਮਰਵਾ ਕੇ ਖੁਦ ਕਹਿੰਦੇ ਆ ਵੀ ਲੱਤਾਂ ਤੋੜ ਦੇ ਕੋਈ ਗੱਲ ਨਹੀਂ 26 ਬਣੂ ਹੈ ਗਵਾਹ ਮਕਰਾ ਦਿਆਂਗੇ ਡਾਕਟਰ ਨੂੰ ਮਕਰਾ ਦਿਆਂਗੇ ਆਪ ਮੁੱਕਰ ਜਾਂਗੇ ਕੋਈ ਫਰਕ ਪੈਣ ਲੱਗਿਆ ਅਦਾਲਤ ਦੇ ਵਿੱਚ ਤਾਂ ਕੁੰਨ ਨੂੰ ਪਤਾ ਹੁੰਦਾ ਵੀ ਕਿਹੜਾ ਮੁਕੱਦਮਾ ਕਿਵੇਂ ਜਿਤਾਉਣਾ ਅਤੇ ਕਿਵੇਂ ਹਰਾਉਣਾ ਹੈ ਆਪਣੇ ਆਪ ਹੀ ਉਹੀ ਕੰਮ ਕਰ ਦਿੰਦੇ ਆ ਮੇਰਾ ਸਾਡਾ 50 ਸਾਲ ਦਾ ਅਦਾਲਤਾਂ ਨਾਲ ਵਾਹ ਹੈ ਵੱਡੇ ਤੋਂ ਵੱਡੇ ਮੁਕੱਦਮੇ ਦੀ ਇਹ ਸੱਤਿਆ ਪੱਟ ਦਿੰਦੇ ਆ ਅਤੇ ਨਿੱਕੇ ਜਿਹੇ ਮੁਕੱਦਮੇ ਨੂੰ ਇਹ ਐਂ ਬਣਾਉਂਦੇ ਵੀ ਪਤਾ ਨਹੀਂ ਕੀ ਚੀਨ ਨੇ ਹਮਲਾ ਕਰਤਾ ਸਾਰਾ ਕੁਛ ਖੁਦ ਕਰਦੇ ਆ ਸਰਕਾਰੀ ਵਕੀਲ ਪੁਲਿਸ ਸਾਰਾ ਚਾਮ ਧਾਮ ਢਾਂਚਾ ਇਹ ਇੱਕੋ ਹੀ ਥਾਂ ਬਹਿੰਦੇ ਨੇ ਇੱਕੋ ਹੀ ਕੰਮ ਕਰਦੇ ਨੇ ਕਿਹੜੇ ਬੰਦੇ ਨੂੰ ਕਿਹੜੇ ਮੁਕੱਦਮੇ 'ਚ ਫਸਾਉਣਾ ਅਤੇ ਕਿਹੜੇ ਬੰਦੇ ਨੂੰ ਫਸੇ ਹੋਏ ਬੰਦੇ ਨੂੰ ਬਾਹਰ ਕੱਢਣਾ ਇਹਨੂੰ ਸਾਰਾ ਪਤਾ ਬੀਤੇ ਦਿਨੀ ਬਾਪੂ ਜੀ ਰਿਪੋਰਟ ਆਈ ਹੈ ਉਹ ਰਿਪੋਰਟ ਇਹ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਬੰਦਿਆਂ ਦੇ ਵਾਂਗੂ ਬੀਬੀਆਂ ਵੀ ਬਰਾਬਰ ਹੀ ਸ਼ਰੀਕ ਹੋਈਆਂ ਹੋਈਆਂ ਨੇ ਨਸ਼ਾ ਤਸਕਰੀ ਦੇ ਵਿੱਚ ਹੁਣ ਤਾਂ ਇਹ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਵੀ ਧੀਆਂ ਵਿਚਾਰੀਆਂ ਮੂਧੇ ਮੂੰਹ ਉਹ ਵੀ ਪਈਆਂ ਨੇ ਜਿੱਦਾਂ ਕਿ ਮੁੰਡੇ ਪਏ ਹੁੰਦੇ ਸੀ ਇਹ ਕਿੱਧਰ ਨੂੰ ਚੱਲ ਪਈ ਗੱਲ ਮੁੰਡੇ ਤਾਂ ਸੀਗੇ ਹੁਣ ਧੀਆਂ ਵੀ ਲੱਗੀਆਂ ਹੋਈਆਂ ਨੇ ਉਹ ਵੀ ਧੜੱਲੇ ਦੇ ਨਾਲ ਹੋਰ ਵੇਖੋ ਸਰਕਾਰਾਂ ਦੀ ਚਿੰਤਾ ਵੀ ਬੰਦਾ ਨਸ਼ਾ ਕਰਨ ਲੱਗ ਗਿਆ ਜਿੰਨਾ ਕਰਾਉਣਾ ਸੀ ਕਰਾਤਾ ਅੱਧੀ ਆਬਾਦੀ ਬੀਬੀਆਂ ਦੀ ਹੈ ਅਤੇ ਫਿਰ ਇਹ ਕਿਵੇਂ ਬਚ ਜਾਣ ਫਿਰ ਬੀਬੀਆਂ ਦੇ ਵਿੱਚ ਨਸ਼ਾ ਪ੍ਰਚਾਰੋ ਕਲੱਬਾਂ ਦੇ ਰਾਹੀਂ ਪੱਬਾਂ ਦੇ ਰਾਹੀਂ ਵੀ ਨਸ਼ੇ ਖਾਣ ਨੂੰ ਕਹੋ ਇਹ ਤਾਂ ਜੀ ਬੜੀ ਬੋਲਡ ਹੋ ਗਈ ਬੜੀ ਐਡਵਾਂਸ ਹੋ ਗਈ ਕਮਾਲ ਹੈ ਜੀ ਇਹ ਬਰਾਬਰ ਦੇ ਹੱਕ ਆਪਦੇ ਸਮਝਦੀ ਹੈ ਇਹ ਆਪਦੇ ਆਪ ਨੂੰ ਮਰਦਾਂ ਵਰਗੀ ਸਮਝਦੀ ਹੈ ਸਾਨੂੰ ਇਹੋ ਜਿਹੀ ਧੀ ਚਾਹੀਦੀ ਹੈ ਇਹ ਲਫ਼ਜ਼ ਅਕਸਰ ਕਹਿਣਗੇ ਤਾਂ ਕਿ ਉਹਨੂੰ ਇਹ ਨਹੀਂ ਕਹਿੰਦੇ ਵੀ ਸਾਡੀ ਧੀ ਨਸ਼ਾ ਨਾ ਕਰੇ
साढ़े घर की इज्जत बने, वध तो वध यह पढ़े तो फिर चौधर करे तो किसी कुर्सी पर बैठे ना ना उन्होंने भी नशे पाए जाते और नशे प्रचारे जाते सरकारां दी नीतियां। बापू जी प्रचारण तो गल आई मेरे दिमाग च, गल ये है भी जिन्हों असी सभ्याचार कहने खौती तौर पर सभ्याचार जिहड़ा कि है नहीं गा, गीत इहो जे परोसे जाते हैं जिन्हां च शरेआम नशा परोसया जाता, नशा दिखाया जाता है, हथियार ते नशे दोवें ते जदों सभ्याचार दे नाते साडे च ये चीज़ां बाड़ियां जा रही ने, फिर असी कित्ता मन्नीए भी साडे बच्चे जिहड़े ओह इस लीह नूं ना जाणगे क्योंकि वह बच्चे तो टी वी सब तो वध देखदे ने। टी वी जिन्ना ये अजकल चाम धाम है प्रचार ते प्रसार दा, अजकल दा डिजिटल सिस्टम आ गया, विज्ञान ने बड़ी तरक्की कर ली, जिथे मर्जी आ कैमरा लैके तो माइक्रोफोन जा लैके खड़ जाओ तो हर एक दी गल तुसीं नोट कर लो। इस चीज़ नाल इन्हां ने इहदी दुरवरतों की आ भी आपां किवें दुरवरतों करनी आ, टी वी ते सारा दिन एडवरटाइजमेंट कित्थे आऊ, जदों कोई चीज़ दिखाउणी आ भोग दी ते लड़की नूं लंडे कपड़े पा के खड़ाओ, वह भी चौक च, फिर बड़े किसी कारपोरेट सैक्टर का कारखानेदार का प्रोडक्ट वो मोढ़े से धर दौ भी यूज एंड थ्रो, वरतो तो सिट्टो, वरतो सिट्टो तो नवा होर लो तो नव तुम असी दें क्योंकि साढ़े कारखाने बनता वो प्रोडक्ट बिकता, बंदे का शरीर बिक गया, सरकार मौजा धियां भी गई पुत भी गए, दिन दिन की प्राप्ति की हो सकती है। असी बापू जी असी धियां खुल देने दे नाते एक काम बहुत ही अजीब जिहा कर लिया, जो मैरिज पैलस बड़े वड्डियां च ब्याह हुंदा है उत्थे धियां भैणां नशा परोस रही हुंदियां, जिहड़ा सूटा माफ करना जिहड़ा शराब हुंदी है उह धियां भैणां परोस रही पैलसां दे विच, इह भी एक नवां ही दौर आ गया, इहनूं हुण आपां की कहीए। होर बेटा मैं एक्साइज़ ते टैक्स महकमे दा अफसर रिटायर हां, कोई भी लड़की ना शराब बेच सकती है ना परोस सकती है, कमाल नहीं, और उन्होंने लंडे कपड़े पवा के डाकिस्तान तो कुड़ियाँ मंगाओ पहला तो, डाकिस्तान तो बड़े कद वाली कुड़ियाँ, फिर उन्होंने लंडे कपड़े पवाओ, फिर वह थोड़े को थाल च धर के पैग च पा के गिलास च पा के शराब भी सर हैव इट, सर इंजॉय इट, है सर हैव इट ड्रिंक इट, अंग्रेजी बोलते हैं आप फिर जो पंजाब के उत्थे फुकरे बैठे होंगे ब्याह च नचण वाले जिन्ने साडू जिन्ने फुफड़ जिन्ने भणोइए तो इन्होंने दोइए फिर पैग फड़ के नचते हैं आप पुत्र जल्दी जा मैं इन्ने पुत्र दे पता ही लगता भी कल छत्तर पैके हटे है भुल जाने ब्याह के बच्चे सारा कुछ ही भुल जाने भी कल साढ़े छत्तर पैके हटे है नची जाने शराब के नशे च बगानिया लड़कियों जो शराब परोसते वेख्या जाता है तो फिर उड़ी लड़की वेखू भी कमाल है बी ये नशा बेच सकती है तो मैं नशा कर सकती हाँ तो अपने घर च नशा आना ही है। एक तरीका होंगे किसी चीज़ को प्रसारण का परोसण का, ये लड़कियों के राही लड़कियों ही ये चीज़ा परोस दी जाएगियाँ तो चोरों का वर्ग बड़ा होगा, उन्हों का नफा बड़ा होगा, थोड़ा शरीर विक जू जिसम फरोशी ठीक है ना, छोड़ कर सर फरोशियाँ जो करते हैं जिसम फरोशियाँ बाजुए कातल का जोर क्या वो खाक जानेंगे, सर फरोशी ना रहन दो जिसम फरोशी पा दो लंडे कपड़े पा दो बगानी धी तो जड़ा पंजाबी इधरला अपना उत्तरी भारत का मर्द है इनू बगानी धी बनी झाकण का पाप नहीं लगता, क्यों इनू ऐ लगता मेरे भोगण वास्ते ने, उत्तरी भारत के मर्द नू फ्यूडल युग का मर्द ना तो बगानी लड़की वाल जनानी वाल देखण दा इनू पाप लगता है, ना बगानी जमीन दबण दा इनू पाप लगता है, ना बगाना धन दबण दा इनू पाप लगता, ये तीन पापां तो बरी आ क्यों फ्यूडल मानसिकता है, फ्यूडल मानसिकता दे फ्यूडल युग दे विच जनानी दी भी कदर नहीं हुंदी ठीक है, धन दी भी कदर नहीं हुंदी ते जमीन दी भी नहीं हुंदी, जर जोरू ते जमीन जिहदे हत्थ च उसे दी हुंदी है, तो फिर वो इज्जत नूं हौला कर ली, उहदी जर भी खोवो उहदी जमीन भी खोवो उहदी जनानी भी खोवो, क्योंकि इज्जत उहदी तां बचदी है जे तुसीं उहदी इज्जत खोवोगे, ये फ्यूडल युग की मानसिकता भाई, इस करके सारा जुर्म हो रहा, असी अज के युग के हाण दे ही नहीं हाँ, असी फ्यूडल युग के जगीरू युग के समाज के करिंदे ते परिंदे हाँ, उहदे अनुसार जिंदगी जिउने हाँ, तो फिर असी इस करके बड़े गुनाह करते हैं।
बहुत बहुत धन्यवाद ज्योंदे रहो बेटा। सो ये सन बापू बलकौर सिंह जी साडे नाल जिन्हां ने चानना पाया है कि नशे किवें परोसे जा रहे हैं, समाज के नशियां का ताना बाणा किवें बुनिया जाता है। जुड़े रहो पंजाबी रेडियो यूएसए के नाल। धन्यवाद, सत श्री अकाल।